पता नहीं केड़े माड़े कर्म स्वीकार बैठे है। जवाब देता है सानू तो 4 बजे पता लग गया फोन आया सरपंच वाले सानू पता इवें लगा भी एक्सीडेंट हो गया उंज नहीं दसा ने मुक गए बाद च पता लगा भी मुक गए ने जा तो बड़ा ही सी सानू जा तो बड़ा ही सी सानू इस तो ते और क्या घाटा पैण साडा तो घर अगे उजड़ा होया सी अस तके बड़े दुखी सी रब ने और दुखी कर दिता सानू सारा कार ही लौट गया साना बिच एक मेरे पोतरी हैगी है अंशदीप एक मेरा जेठ दा मुंडा भी जठिया साडा पुत्र ही हैगा साडा असी पाला हैगा एक साडी ननान दी नो एक साडा प्रौना जेठ दी गुड़िया प्रौना साडा ਬਰਾਤ ਮੁੜੇ ਆ ਕੇ ਪਤਾ ਕਿੰਨੇ ਵਜੇ ਮੁੜੇ ਆ ਗਾ ਤੂੰ 4 ਵਜੇ ਹਾਂ ਅੱਜ ਸ਼ਾਮ ਨੂੰ ਮੁੜੇ ਆਣੀ ਸੀ ਹਾਂ ਇਹ ਤੂੰ ਗਏ ਨੇ ਪਤਾ ਨਹੀਂ 2 ਵਜੇ ਕਿ 3 ਵਜੇ ਗਏ ਨੇ ਇੰਨਾ ਨਹੀਂ 2 ਵਜੇ ਗਏ ਨੇ 2 ਕੁ ਤਾਂ ਟਾਈਮ ਸੀ ਕਿੰਨੇ ਸਮੇਂ ਬਾਅਦ ਜਿਹੜੀ ਇਸ ਪਰਿਵਾਰ ਦੇ ਅੰਦਰ ਖੁਸ਼ੀ ਆਈ ਸੀ ਕੁਝ ਤਾਂ ਕੋਈ ਖੁਸ਼ੀ ਨਹੀਂ ਚੇਤੀ ਆਈ ਮਰ ਗਈ ਵਿਆਹ ਜਾਦੀ ਕਰਦੇ ਆ ਫਿਰ ਉਹਨਾਂ ਦਾ ਚਾਚਾ ਫਿਰ ਉਹਨਾਂ ਦਾ ਦਾਦਾ ਆਉਂਦਾ ਸੀ ਇਹਨੇ ਕੁਝ ਚਨਾ ਦੇ ਘਰ ਵਿੱਚ ਪੈ ਜਾਂਦੀ ਹੈ ਰਸ ਪਤਾ ਨਹੀਂ ਕਿਹੜੇ ਮਾੜੇ ਕਰਮ ਸੀ ਕਰ ਬੈਠੇ ਆ ਸਾਨੂੰ ਸਜ਼ਾ ਬੜੀ ਰੱਬ ਦੇ ਰਿਹਾ ਹੈ ਅਸੀਂ ਦੀਨ ਨੂੰ ਕੀ ਜਵਾਬ ਦੇਸਾ ਹੈ ਆਦੀ ਪੋਤਰੀ ਨੂੰ ਕੀ ਜਵਾਬ ਦੇਵਾਂਗੇ ਉਹ ਘਰੇ ਕਿਹੜੇ ਤੇ ਜਾਣ ਗਿਆ ਸਾਨੂੰ ਨਹੀਂ ਬੋਲਾ ਸਾਡੇ ਜਵਾਨ ਸਾਰੇ ਚਲੇ ਗਏ ਬਹੁਤ ਜੇਤੀ ਚੋ ਬੜੇ ਦਿਨਾਂ ਵਿੱਚੋਂ ਕੋਈ ਸਾਨੂੰ ਸਮਝ ਨਹੀਂ ਆ ਰਹੀ ਜੀ ਉੱਥੋਂ ਬਰਾਤ ਗਏ ਬੁੱਧਾਵਲ ਗੁਰਦੁਆਰਾ ਸਾਹਿਬ ਜੀ ਕੋਝਾ ਮਣੇ ਤੋਂ ਚੱਲੇ ਜੀ ਰਾਤ 2:15 ਵਜੇ ਜਗਰਾਉਂ ਤੋਂ ਪਿੱਛੇ ਜੀ ਕੋੜਾ ਖੜਾ ਸੀ ਕੋੜੇ ਵਿੱਚ ਗੱਡੀ ਸਿਫਟ ਮਗਰ ਵੱਜੀ ਹੈ ਜੀ ਲਾੜਾ ਵਿੱਚ ਗੱਡੀ ਦੇ ਸੀਗਾ ਪਰਵਾਣਾ ਸੀਗਾ ਦੋਵਾਂ ਸਾਡੇ ਸੀ ਇੱਕ ਡਰਾਈਵਰ ਸੀ ਜੀ 6 ਸਵਾਰੀਆਂ ਸੀ ਇੱਕ ਬੱਚਾ ਸੀਗਾ 3 ਸਾਲ ਦਾ ਗੁੜੀਆ 4 ਜਣਾਂ ਦੀ ਡੈਥ ਹੋ ਗਈ ਜੀ ਇੱਕ ਲਾੜਾ ਸਾਹਿਬ ਇੱਕ ਪਰਵਾਣਾ ਜੀ ਇੱਕ ਨੂੰਹ ਸਾਡੀ ਜੀ ਸੁਲਤਾਨਪੁਰ ਤੋਂ ਇੱਕ ਬੱਚਾ ਕਦੋਂ ਦਾ ਸੀਗਾ ਜੀ ਇਹ ਵਿਆਹ ਕੱਲ ਦੀ ਪਾਰਟੀ ਸੀ ਹਾਂਜੀ ਕੱਲ ਦੀ ਪਾਰਟੀ ਸੀ ਅੱਜ ਦੀ ਬਰਾਤ ਸੀ ਇਹ ਕਰੋ ਕਿੰਨੇ ਵਜੇ ਗਏ ਨੇ ਜੀ ਕਰੋ 2:15 ਵਜੇ ਗਿਆ ਰਾਤ ਨੂੰ ਜੀ ਉੱਥੇ 6 ਵਜੇ ਦਾ ਟਾਈਮ ਦਿੱਤਾ ਸੀ ਗੁਰਦੁਆਰਾ ਸਾਹਿਬ ਕਿੰਨੀਆਂ ਗੱਡੀਆਂ ਗਈਆਂ ਸੀ ਇੱਥੋਂ ਕਰੋ 2 ਗੱਡੀਆਂ ਗਈਆਂ ਜੀ ਤੇ ਵਿਆਹ ਪੱਕਾ ਕਦੋਂ ਕੀਤਾ ਸੀ ਪੱਕਾ ਵਿਆਹ ਜੀ ਚੱਲ ਹੋ ਗਏ 20 ਦਿਨ ਪਹਿਲਾਂ ਹੋਰ ਭਰਾ ਭਤੀਜਾ ਸਾਡਾ ਅਗਰ ਉਹ ਵਿਆਹ ਹੋਇਆ ਜੀ ਇਹਦਾ ਹੀ ਵਿਆਹ ਰਹਿੰਦਾ ਸੀ ਹਾਂ ਇਹ ਲਾਸਟ ਹੈਗਾ ਸੀ ਕਿੰਨੇ ਭੈਣ ਭਰਾ ਇਹ 4 ਭੈਣ ਭਰਾ ਸੀ ਕਿੰਨੀਆਂ ਕੋ ਖੁਸ਼ੀਆਂ ਸੀ ਜਾਂ ਨਵੀਂ ਜਿਹੜੀ ਪਾਸੇ ਜਾਣ ਬਹੁਤ ਖੁਸ਼ੀਆਂ ਸੀ ਸਰ ਬਹੁਤ ਖੁਸ਼ੀਆਂ ਸੀ ਰਾਤ 12 ਵਜੇ ਤੱਕ ਸਾਰੇ ਅਸੀਂ ਨਸ਼ਤੀ ਖੇਡਦੇ ਰਹੇ ਜੀ 12 ਵਜੇ ਤੋਂ ਬਾਅਦ ਚਾਹ ਟਿਕਟ ਕਾ ਗਏ ਉਦੋਂ ਬਾਅਦ 2:15 ਵਜੇ ਦੀ ਬਰਾਤ ਦੀ ਰਵਾਨਗੀ ਸੀ ਤੇ 4:45 ਵਜੇ ਜੀ ਵਕਾ ਹੋ ਗਿਆ ਜਾਂਦੇ ਹੋਏ ਗੱਲਬਾਤ ਹੋਈ ਉਹਨਾਂ ਨਾਲ ਕੀ ਗੱਲਬਾਤ ਸੀ ਇਹ ਚੀਜ਼ ਦਾ ਜੀ ਪਤਾ ਨਹੀਂ ਲੱਗਿਆ ਜੀ ਧੁੰਦ ਪੈਣ ਕਾਰਨ ਹਾਂ ਦੱਸ ਹੋ ਗਈ ਠੀਕ ਹੈ ਸਵੇਰ 2 ਵਜੇ ਤੇ ਇੱਥੋਂ ਗਏ ਸੀਗੇ ਜੀ ਸਵੇਰ 2 ਵਜੇ ਗਏ ਸੀਗੇ ਤੇ ਲੁਧਿਆਣਾ ਪਹੁੰਚਣ ਵਾਲੇ ਸੀਗੇ ਜੀ ਤੇ ਰਾਹ ਦੇ ਵਿੱਚ ਐਕਸੀਡੈਂਟ ਹੋ ਗਿਆ 5 ਵਜੇ ਹੋ ਗਏ ਸੀਗੇ ਪੂਰੇ 5 ਵਜੇ ਆਪਣੇ ਫੋਨ ਆਇਆ ਸੀ ਘਰੇ ਵੀ ਐਕਸੀਡੈਂਟ ਹੋ ਗਿਆ ਤੇ ਫਿਰ ਲੜੀ ਦੀ ਮੌਤ ਹੋ ਗਈ ਤੇ ਉਹਦੇ ਵੱਡੇ ਭਰਾ ਦੀ ਗੁੜੀਆ ਸੀਗੀ ਉਹਦੀ ਮੌਤ ਹੋ ਗਈ ਤੇ ਜਿਹੜਾ ਸੀਗਾ ਡਰਾਈਵਰ ਉਹਨਾਂ ਦੇ ਮਤਲਬ ਕਿ ਇੱਥੋਂ ਕੁੰਮਾ 'ਚ ਪਿਆ ਨੇ ਉਹ ਹਲੇ ਪਤਾ ਨਹੀਂ ਉਹਨਾਂ ਬਚਣ ਦੀ ਮੁਸ਼ਕਿਲ 'ਚ ਮੈਨੂੰ ਨਹੀਂ ਲੱਗਦਾ ਵੀ ਬਚਣਗੇ ਜੇ ਤਰੀਕੇ ਨਾਲ ਫੋਟੋਆਂ ਦੇਖੀਆਂ ਨੇ ਹੋਰ ਕਿੰਨੇ ਜਣੇ ਨੇ ਜੀ ਜਿਹਨਾਂ ਦੀ ਡੈਥ ਹੋਈ
ਹੋਰ ਤਾਂ ਜੀ ਇੱਕ ਉਹਨਾਂ ਦੇ ਵੀ ਸੀਗੇ ਦੀਦੀ ਲੱਗਦੇ ਸੀਗੇ ਅਤੇ ਉਹਨਾਂ ਦੇ ਤਾਂ ਬਈ ਇੱਥੋਂ ਲੱਤਾਂ ਟੁੱਟੀਆਂ ਨੇ। ਹਾਂਜੀ ਅਤੇ ਇਹ ਇੱਥੋਂ ਕੀ ਮਾਹੌਲ ਸੀਗਾ ਰਾਤ, ਕਿਸ ਤਰ੍ਹਾਂ ਦਾ ਮਾਹੌਲ? ਤਾਂ ਜੀ ਬਹੁਤ ਵਧੀਆ ਸੀਗਾ। ਅਤੇ ਹੁਣ ਦੇਖੋ ਜੀ ਆਪ ਹੀ ਵੇਖ ਲਓ ਤੁਸੀਂ, ਘਰ ਦੇ ਵਿੱਚ ਕੋਈ ਨਹੀਂ ਗਾ, ਇਹਨਾਂ ਦੇ ਵੱਡੇ ਭਰਾ ਰਹਿੰਦੇ ਨੇ, ਉਹਨਾਂ ਦੀ ਜਿਹਨਾਂ ਦੀ ਗੁੱਡੀਆਂ ਨਿੱਕੀ ਮੁੱਕੀ ਉੱਥੇ ਸਾਰੇ ਚੱਲ ਗਏ ਨੇ। ਅਤੇ ਵਧੀਆ ਮਾਹੌਲ ਸੀਗਾ ਜੀ, ਸਾਰੇ ਨੱਚਦੇ ਖੇਡਦੇ ਸੀਗੇ, ਸਾਰੇ ਵਧੀਆ ਸੀਗੇ ਜੀ। ਰਾਤ ਨੂੰ ਫਿਰ ਕੋਈ ਟੈਂਟ ਵਾਲੇ ਆਪਾਂ ਸਮਾਨ ਲੈ ਗਏ ਅਤੇ 2 ਵਜੇ DJ ਚਲੇ ਗਏ ਸੀ ਸਰ, ਹੋ ਗਿਆ ਸੀ ਕੰਮ। 2 ਵਜੇ ਤੋਂ ਬਰਾਤ ਰੋਈ ਸੀਗੀ ਅਤੇ 2 ਵਜੇ ਤੋਂ ਉੱਥੇ ਰਸਤਾ ਹੋ ਗਿਆ ਸੀ। ਕਿੱਦਾਂ ਤਿਆਰੀਆਂ ਕਰਨੀਆਂ ਸੀ ਵਾਪਸੀ ਦੀਆਂ, ਕਿਸ ਤਰ੍ਹਾਂ? ਵਾਪਸੀ ਦੀਆਂ ਤਿਆਰੀਆਂ ਤਾਂ ਬਹੁਤ ਵਧੀਆ ਕਰਨੀਆਂ ਸੀ ਜੀ। ਸਰ ਕੁੜੀ ਨੂੰ ਘਰ ਲੈ ਕੇ ਆਉਣਾ ਸੀ, ਮੁੰਡੇ ਦੀ ਹੁੰਦਾ ਹੀ ਹੈ ਜੀ, ਕਿੰਨਾ ਚਾਹ ਹੁੰਦੇ ਨੇ ਜੀ। ਮੁੰਡਾ ਹੱਸਦਾ ਖੇਡਦਾ ਰਹੀ ਸੀ, ਕੱਲ੍ਹ ਨੱਚਦੇ ਰਹੇ ਸੀ, ਯਾਰ ਦੋਸਤੀਆਂ ਮੈਂ ਵੀ ਹੁੰਦਾ ਅਤੇ ਵਧੀਆ ਅਸੀਂ ਹੱਸਦੇ ਖੇਡਦੇ ਰਹੇ ਸੀਗੇ। ਉੱਪਰ ਕੋਠੇ 'ਤੇ ਨੱਚੇ, ਕਦੀ ਕਿੱਥੇ ਨੱਚੋ, ਵਧੀਆ ਸਾਰਾ ਕੁਛ ਕਰਦੇ ਰਹੇ ਅਤੇ ਪਤਾ ਹੀ ਨਹੀਂ ਸੀ, ਸੋਚਿਆ ਨਹੀਂ ਸੀਗਾ ਇਹੋ ਜਿਹਾ ਕੁਛ ਹੋ ਜਾਣਾ। ਕੀ ਕੰਮ ਕੀ ਕਰਦਾ ਸੀ ਮੁੰਡਾ? ਮੁੰਡਾ ਜੀ ਕਰਦਾ ਸੀ ਪੇਂਟਿੰਗ ਦਾ ਕੰਮ ਕਰਦਾ ਸੀ ਜੀ। ਅੱਛਾ, ਹਾਂਜੀ।